वेलकम आई ता सारे का अपने एक होर नवे ब्लॉग के पहला तो मेरे लगनी आ कोविड वैक्सीन, दूजा लगना गा इंजैक्शन। पहला तो लग गया सीगा, तो पिछली बार बाँह वाली दुखी सी, बुखार बखूर तो चढ़िया नहीं। चलो फिर लवा के आने, मैं पासपोर्ट ले लिया, मैं पासपोर्ट से ही लवाया से पिछली बार, तो मोटरसाइकिल से ही चल देंगे। तो अपने गुरुद्वारा साहब मैं आ गया सीगा, इतने जेडे फ्री च नहीं लाने आते, उदा मतलब लवा ले सके, पिछली बार भी लवाए से, ऐतकी है दूजी डोज भी लग गई मेरे। तो चलो हूँ घर में चलते हैं, मैं लवा तो लिया इंजैक्शन। तो अपने ट्रैक्टर लिए जिम्मे थोड़ा पता ही, आप स्पिनर बनवाने से, है ना। तो अज आप स्पिनर देखने ही चले आगे, तो ना थोन भी उत्थे जाके दिखावे। चलें आप महल कल जाके थोड़ा मिलते हैं। तो मेरे नाल जाऊगा, तो मेरे नाल एक बंदा भी जाऊगा, वह आप पिक कर दें, तो मैं राह दिखा। चलो लो जी, अपना बंदा आ गया जिन्हें अपने नाल जाना गा, परमिंदर उपल। तो आप चलेंगे महल कल, मैं थोड़ा पहला भी दसिया ही है, तो उत्थे जाके सारे स्पिनर वगैरह अच्छे दिखावे, तो आप भी दसागे भी थोड़ा कि स्पिनर पसंद करे है। हाँ जी, की हाल है जी? फिर बहुत वधिया। कित्थे जा रहे हैं अज आप? महल कल ट्रैक्टर किंगल। हाँ चलो उत्थे जाके मिलते हैं। ट्रैक्टर किंग शॉप ते ट्रैक्टर खड़ा, तुसीं देख सकदे हो वधिया तैयार कीता होयागा। ते ओ देखो वीडियो पहला बनाउण लग जा कर। सारे ट्रैक्टर दी डिटेल वीडियो ने बिना ओनर तों बना लैणी है ना। तो देखो तुम सिस्टम भी पूरा वधिया लग्या होया। तो भाई हुणे फोन किया, वह कहिंदे आउने आ रोटी रूटी खाण गए हुए सीगे घरे, तो फिर आके आपां गलबात करते हैं, स्पिनर वगैरह दिखाउने आ तुहानू। उन्ना टाइम आपां कुछ खाने पीने, भुख लगी पई है ना, की खाणा फिर? कैफे च बहने आ जल्द के। असीं आ गए सीगे जी एक कैफे च, इत्थे हुण ऑर्डर करन लगे आंगे। चल इह तां कैफे आपां प्रमोशन थोड़ी करनी आ ना, तू दस की खाणा? देखते दे हो कोई सस्ती चीज मंगा लें, क्योंकि सिर एक घंटा टाइम पास भी करना है ना, वो बंदा रोटी खान गया करे। की मंगा चलो देख लें। तो अपना खाने पीन आ गया जी, चक दिए फिर कम खिच दो। अपने लगे आ गए 60-60, 120, तो आ कि सीगा 150 लग गया साडा। तो मुंडियो आप दुबारे आ गए ट्रैक्टर किंग वाले बाई की शॉप से, तो आप खा पी के आ गए, तो हूँ इतने खड़े आ गए। ਵੀਰਾ ਕਹਿੰਦਾ ਸੀ 20 ਮਿੰਟਾਂ 'ਚ ਆ ਗਏ ਤੁਹਾਡੇ ਕੋਲ, ਜਦੋਂ ਆਉਂਦੇ ਆ ਫਿਰ ਆਪਾਂ ਕਰਦੇ ਹਾਂ ਗੱਲਬਾਤ ਉਹਨਾਂ ਨਾਲ। ਮੈਂ ਤੁਹਾਨੂੰ ਪਤਾ ਹੀ, ਆਪਾਂ ਨਾ ਟਾਈਟਰ ਕਿੰਗ ਵਾਲਿਆਂ ਨੂੰ ਬਾਈਆਂ ਨੂੰ ਵੇਟ ਕਰ ਰਹੇ ਸੀਗੇ, ਅਤੇ ਆਪਾਂ ਨੂੰ ਸਬਸਕ੍ਰਾਈਬਰ ਮਿਲੇ ਬਾਈ। ਬਾਈ ਪਿੰਡ ਕਿਹੜਾ? ਮੀਤੀ ਪਿੰਡ ਆ। ਅਤੇ ਹੋਰ ਬਾਈ ਕੀ ਹਾਲ? ਵਧੀਆ ਵੀਰੇ, ਸਾਰੇ ਬੁਲਾਉਂਦੇ? ਹਾਂ ਬਾਈ, ਕਿਵੇਂ ਲਾ ਦੇ? ਓਕੇ, ਚਲੋ ਅਸੀਂ ਕਰਦੇ ਹਾਂ ਗੱਲਾਂ ਬਾਤਾਂ, ਅਤੇ ਜਦੋਂ ਬਾਈ ਹੁਣੀ ਆ ਗਏ ਫਿਰ ਆਪਾਂ ਮਿਲਦੇ। ਅਤੇ ਮੁੰਡੇ ਆਪਾਂ ਨੂੰ ਸ਼ੋਪ 'ਤੇ ਆ ਗਏ ਸੀਗੇ, ਅਤੇ ਬਾਈ ਮਿਲ ਗਏ ਸੀਗੇ। ਅਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਸਪਿਨਰ ਪਏ ਹੈਗੇ, ਜਿਹੜਾ ਮਰਜ਼ੀ ਤਿਆਰ ਕਰਵਾ ਲਓ, ਪਲਾਸ ਵੀ ਪਏ ਹੈਗੇ। ਆਪਾਂ ਆਪਣੇ ਸਪਿਨਰ ਬਾਈ ਨੂੰ ਦੱਸਤਾ ਵੀ ਕਿਹੜੇ ਬਣਵਾਉਣੇ ਆ, ਉਹ ਸਰਪ੍ਰਾਈਜ਼ ਆ, ਉਹ ਤੁਹਾਨੂੰ ਦੱਸਣਾ ਨਹੀਂ ਗਾ ਵੀ ਕਿਹੋ ਜਿਹੇ ਬਣਵਾਉਣੇ ਹੈਗੇ। ਅਤੇ ਬਾਕੀ ਹੈ ਨਾ ਸਾਈ ਵਗੈਰਾ ਦੇਤੀ, ਸਾਰਾ ਕੁਛ ਹੋ ਗਿਆ। ਅਤੇ ਆਪਾਂ ਨੂੰ ਬਾਈ ਕਿੰਨੇ ਕੁ ਟਾਈਮ 'ਚ ਬਣਾ ਕੇ ਦੇ ਦੋਗੇ ਜੀ? ਹਫ਼ਤਾ ਕੁ ਲੱਗ ਜੂਗਾ। ਅਤੇ ਆ ਦੇਖ ਸਕਦੇ ਤੁਸੀਂ ਬਾਈ ਉਹਨਾਂ ਦਾ ਨੰਬਰ, ਜੇ ਕਿਸੇ ਨੇ ਮਤਲਬ ਪੁੱਛਣਾ ਹੋਵੇ ਕੋਈ ਗੱਲਬਾਤ ਤਾਂ ਫੋਨ ਲਾ ਲਿਓ। ਅਤੇ ਚਲੀਏ ਫਿਰ, ਚਲੋ ਆਪਾਂ ਹੁਣ ਤੁਹਾਨੂੰ ਪਿੰਡ ਜਾ ਕੇ ਮਿਲਦੇ ਹਾਂ, ਅਤੇ ਬਾਕੀ ਦੀ ਗੱਲਬਾਤ ਪਿੰਡ ਜਾ ਕੇ ਕਰਾਂਗੇ। ਘਰ ਪਹੁੰਚ ਗਿਆ ਸੀਗਾ ਜੀ ਮੈਂ, ਅਤੇ ਜਿਵੇਂ ਟਰੈਕਟਰ ਤਾਂ ਆਪਣਾ ਅੰਦਰ ਹੀ ਖੜਾ ਹੈ ਨਾ, ਅਤੇ ਹੁਣ ਆਪਾਂ ਨਾ ਇੱਕ ਅਰਜਨ ਟਰੈਕਟਰ ਦੇ ਆਪਣੇ ਯਾਰ ਦੋਸਤ ਦਾ ਟਰੈਕਟਰ ਆ ਯਾਰ, ਉਹ ਕਾਫੀ ਦਿਨਾਂ ਦਾ ਬਾਈ ਕਹਿ ਰਿਹਾ ਸੀਗਾ ਆਪਾਂ ਨੂੰ, ਹੈ ਨਾ, ਵੀ ਲਾਈਟਾਂ ਥੱਲੇ ਲਾਉਣੀਆਂ ਨੇ, ਅਤੇ ਨਾਲੇ ਤੁਹਾਨੂੰ ਵੀ ਦਿਖਾਵਾਂ ਵੀ ਕੀ ਪ੍ਰੋਸੀਜਰ ਹੁੰਦਾ ਗਾ, ਕਿਵੇਂ ਕਿਵੇਂ ਲਾਉਣੀਆਂ ਨੇਗੀਆਂ, ਸਾਰਾ ਕੁਝ ਦੱਸਾਂਗੇ। ਅਤੇ ਹੈ ਨਾ 3M ਨਾਲ ਲਾਵਾਂਗੇ ਆਪਾਂ, 3M ਨਾਲ ਜਿਹੜੀ ਲੱਗੀ ਹੋਈ ਉਹ ਹੋਊਗੀ ਲਾਈਟ, ਛੇਤੀ ਲਹਿੰਦੀ ਨਹੀਂ ਜੀ। ਫੋਰ ਦੇ ਆਪਾਂ 3M ਨਾਲ ਲਾਈਆਂ ਹੋਈਆਂ ਨੇਗੀਆਂ, ਹਜੇ ਤੱਕ ਨਹੀਂ ਲਹੀਆਂ, ਇਹਦੇ ਜਿਹੜੀ ਦੂਜੀ ਟੇਪ ਨਾਲ ਲਾਈਆਂ ਸੀ ਇਹਦੇ ਲੈ ਗਈਆਂ ਸੀਗੀਆਂ, ਸਾਰੇ ਐਕਸਪੀਰੀਅੰਸ ਕਰਕੇ ਦੇਖੇ ਹੋਏ ਹੈਗੇ। ਅਤੇ 3M ਬੈਸਟ ਆ ਯਾਰ, ਜਿਹੜੀ ਵੀ ਚੀਜ਼ ਯੂਜ਼ ਕਰ, ਜਿਹੜੀ ਵੀ ਚੀਜ਼ ਤੁਸੀਂ ਚਿਪਕਾਉਣੀ ਆ 3M ਨਾਲ ਲਾਓ, ਸਦਾ ਬਹਾਰ ਲੈਂਦੀ ਨਹੀਂ ਜਾਣੀ ਕਿਸੇ ਦੀ। ਅਤੇ ਜੇ ਤੁਸੀਂ ਧੱਕੇ ਨਾਲ ਲਾਹੋਗੇ ਤਾਂ ਉਹ ਤਾਂ ਲਹੂਗੀ। ਅਤੇ ਜੀ ਆਪਾਂ ਆ ਗਏ ਸੀ ਬਾਹਰਲੇ ਘਰੇ, ਆਪਣੇ ਵਾਲਾ ਉਹ ਖੜਾ, ਅਤੇ ਆਹ ਖੜਾ ਗਾ ਟਰੈਕਟਰ ਅਰਜਨ, ਜਿਹਦੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਲਾਈਟਾਂ ਫਿੱਟ ਕਰਨੀਆਂ ਨੇ। ਇਹ ਸਾਰੇ ਥੱਲੇ ਲਾਈਟਾਂ ਫਿੱਟ ਕਰਨੀਆਂ ਨੇਗੀਆਂ, ਅਤੇ ਸਾਰੇ ਟਰੈਕਟਰਾਂ ਦੇ ਯਾਰ ਮਤਲਬ ਇੱਕੋ ਜਿਹਾ ਹੀ ਹੁੰਦਾ ਗਾ, ਮਤਲਬ ਸਾਰੇ ਮਤਲਬ ਜਿੱਦਾਂ ਤੁਹਾਨੂੰ ਪਤਾ ਹੀ ਹੈਗਾ ਹੈ ਨਾ, ਵੀ ਨੀਚੇ ਫਿੱਟ ਕਰਨੀਆਂ ਨੇਗੀਆਂ ਲਾਈਟਾਂ, ਤਾਂ ਤੁਸੀਂ ਇਹੋ ਜਿਹੇ ਪਾਰਟ 'ਤੇ ਲਾਉਣੇ ਆ ਜਿੱਥੋਂ ਛੇਤੀ ਲੈਣ ਨਾ, ਦੇਖ ਕੇ ਸਹੀ ਤਰੀਕੇ ਨਾਲ।
ਤੇ ਹੁਣ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀ ਕਿਵੇਂ ਕਿਵੇਂ ਲਾਉਣੀਆਂ ਨੇ। ਚਲੋ ਫਿਰ ਸ਼ੁਰੂ ਕਰਦੇ ਹਾਂ। ਅਤੇ ਅਸੀਂ ਟਰੈਕਟਰ ਜੀ ਇੱਧਰ ਲਿਆ ਕੇ ਲਾ ਲਿਆ ਅਤੇ ਹੈ ਨਾ ਇੱਕ ਆਪਣੇ ਆਹ ਜਿਹੜੀ ਹੈਗੀ ਤੈਗੀ ਇਹਨਾਂ ਨਾਲ ਟੇਪ ਆ ਗਈ ਜਿਹੜੀ ਹੈ ਨਾ, ਪਰ ਇਹ ਇੰਨੀ ਵਧੀਆ ਨਹੀਂ ਹੁੰਦੀ। ਅਤੇ ਉਹ ਬਾਈ ਨੂੰ ਹੁਣ ਮੈਂ 3M ਟੇਪ ਲੈਣ ਭੇਜਿਆ ਗਾ, ਜਦੋਂ ਉਹ ਲਿਆਉਂਦਾ ਗਾ ਫਿਰ ਆਪਾਂ ਉਸ ਤੋਂ ਬਾਅਦ ਕੰਮ ਸ਼ੁਰੂ ਕਰਦੇ ਹਾਂ ਲਾਉਣਾ। ਲਾਈਟਾਂ ਵਗੈਰਾ ਟਾਪੇ ਟੂਪੇ ਤਾਂ ਖੋਲ੍ਹ ਕੇ ਰੱਖ ਦਿਓ ਦੇਖੋ, ਅਤੇ ਟਰੈਕਟਰ ਦੇਖੋ ਕਿਵੇਂ ਸੋਹਣਾ ਲੱਗਦਾ ਨਾ ਖੜਾ। ਅਤੇ ਚਲੋ ਫਿਰ ਹੁਣ ਜਦੋਂ ਲੈ ਕੇ ਆਉਂਦੇ ਫਿਰ ਆਪਾਂ ਫਿੱਟ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ। ਅਤੇ ਕਹਿੰਦੇ ਮੁੰਡੇ 3M ਦਾ ਰੋਲ ਲਿਆਏ, ਅਤੇ ਚਲੋ ਹੁਣ ਫਿਰ ਪਹਿਲਾਂ ਤਾਂ ਆਪਣੀਆਂ ਜਿਹੜੇ ਲਾਈਟਾਂ ਨੇ ਨਾ ਸਾਰੀਆਂ ਅਤੇ 3M ਲਾਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ 3M ਅਤੇ ਉਸ ਤੋਂ ਬਾਅਦ ਫਿਰ ਪਹਿਲਾਂ ਆਪਾਂ ਬੰਪਰ ਤੋਂ ਸਟਾਰਟ ਕਰਾਂਗੇ, ਬੰਪਰ ਦੇ ਥੱਲੇ ਫਿੱਟ ਕਰਾਂਗੇ ਲਾਈਟਾਂ, ਅਤੇ ਫਿਰ ਇੱਦਾਂ ਹੀ ਚੱਲਦੇ ਜਾਵਾਂਗੇ ਪਿੱਛੇ ਤੱਕ। ਚਲੋ ਫਿਰ ਸ਼ੁਰੂ ਕਰਦੇ ਹਾਂ। ਇੱਧਰ ਕੰਮ ਚੱਲਦਾ ਗਾ, ਉੱਧਰ ਪਿੱਛੇ ਗਾਣੇ ਚੱਲੀ ਜਾਂਦੇ ਆ, ਬੰਦ ਕਰੀ ਬਾਈ ਮੈਨੇ। ਇੱਧਰ 3M ਲਾਈ ਜਾ ਰਹੀ ਆ ਸਾਰੀਆਂ LED-ਆਂ 'ਤੇ, ਅਤੇ ਉੱਧਰ ਰੈੱਡ 'ਤੇ ਲੱਗ ਗਈ ਹੈਗੀ, ਅਤੇ ਇੱਧਰ ਆਪਣਾ ਕੰਮ ਚੱਲ ਰਿਹਾ ਗਾ। ਇੱਧਰ LED-ਆਂ ਲੱਗ ਗਈਆਂ, ਮੈਂ ਨਾ ਇਹਨਾਂ 'ਤੇ ਟੇਪ ਕਰਨੀ ਰਹਿ ਗਈ ਯਾਰ, ਇਹਨਾਂ 'ਤੇ ਨਹੀਂ ਤਾਰਾਂ 'ਤੇ ਟੇਪ ਕਰਦੇ ਹੁੰਦੇ ਹਾਂਗੇ, ਅਤੇ ਚਲੋ ਕੋਈ ਨਾ ਇਹ ਤਾਂ ਬੰਪਰ 'ਚ ਸੀ ਜਿਹੜੀਆਂ ਆਪਾਂ ਥੱਲੇ ਲਾਵਾਂਗੇ ਉਹਨਾਂ 'ਤੇ ਸਾਰਿਆਂ 'ਤੇ ਟੇਪ ਕਰ ਦਾਂਗੇ, ਅਤੇ ਹੈ ਨਾ ਚਲੋ ਫਿਰ ਅੱਗੇ ਸ਼ੁਰੂ ਕਰ ਦਿਆਂਗੇ। ਆਹ ਤਾਂ ਹੋ ਗਈਆਂ, ਇਹਦੇ 'ਤੇ ਮੈਂ 3 ਹੀ ਲਾਈਆਂ ਨੇਗੀਆਂ ਕਿਉਂਕਿ ਇੱਥੇ ਬਾਹਲੀ ਲੋੜ ਤਾਂ ਹੈ ਨਹੀਂ ਯਾਰ, ਮਤਲਬ ਬਾਹਲਾ ਇੱਥੇ ਚਾਨਣ ਦੀ ਲੋੜ ਨੀਗੀ, ਇੱਥੇ ਮਤਲਬ ਪਿੱਛੇ ਲੱਗਣੀਆਂ ਖਾਸੀਆਂ ਘੱਟ ਨੇਗੀਆਂ ਸਾਡੇ ਕੋਲ LED-ਆਂ, ਜੇ ਸਾਡੇ ਕੋਲ ਜ਼ਿਆਦਾ ਹੁੰਦੀਆਂ ਫਿਰ ਤਾਂ ਅਸੀਂ ਜ਼ਿਆਦਾ ਲਾ ਦੇਣੀਆਂ ਸੀਗੀਆਂ, ਅਤੇ ਹੁਣ ਜਿੰਨੀਆਂ ਹੈਗੀਆਂ ਲਾ ਦਿੰਦੇ ਹਾਂ ਸਾਰੀਆਂ। ਚਲੋ ਫਿਰ ਸ਼ੁਰੂ ਕਰਦੇ ਹਾਂ ਕੰਮ ਅੱਗੇ। ਅਤੇ ਗਾਈਜ਼ ਮੂਹਰਲੀ ਸਾਈਡ ਤਾਂ ਆਪਾਂ ਲਾਤੀਆਂ LED-ਆਂ, ਅਤੇ ਹੁਣ ਪਿਛਲੀ ਸਾਈਡ ਦੇਖ ਲਓ ਆਪਾਂ ਸਾਰਾ ਥੱਲਿਓਂ ਸਾਫ਼ ਕਰ ਲਿਆ ਜਗਾੜ, ਅਤੇ ਆਹ ਦੇਖੋ ਇਹਨਾਂ 'ਤੇ ਅਸੀਂ ਟੇਪਿੰਗ ਕਰ ਲਈ ਸਾਰਿਆਂ 'ਤੇ, ਅਤੇ ਜਿਹੜੀ 3M ਆ ਇਹ ਹੁਣ ਲਾਹੁਣ ਲੱਗਿਆ, ਇਹ ਲਾਹੁਣ ਲੱਗੇ ਬਹੁਤ ਦਿੱਕਤ ਕਰਦੀ ਹੈ, ਲਹਿੰਦੀ ਨਹੀਂ ਛੇਤੀ ਆ ਉੱਪਰਲਾ ਕਵਰ ਜਿਹਾ, ਅਤੇ ਇਹ ਲਾ ਕੇ ਅਤੇ ਫਿਰ ਇਕੱਲੀ ਇਕੱਲੀ LED ਇੰਸਟਾਲ ਕਰ ਦਿਆਂਗੇ, ਇੱਕ ਸਾਈਡ ਰੈੱਡ ਇੱਕ ਸਾਈਡ ਬਲਿਊ, ਕਿਉਂਕਿ ਆਪਾਂ ਸਾਰੇ ਟਾਈਟਲ ਦੀ ਥੀਮ ਰੈੱਡ ਅਤੇ ਬਲਿਊ ਕਰਨੀ ਹੈਗੀ। ਅਤੇ ਚਲੋ ਫਿਰ ਹੁਣ ਆਹ ਚੱਲਦਾ ਕੰਮ, ਇੱਧਰ ਦੇਖੋ ਤੁਸੀਂ ਇਹ ਚੇਪਿਆਂ 'ਚ ਉੱਪਰ ਲਾਹੀ ਜਾਂਦੇ ਹਾਂ ਅਤੇ ਥੱਲੇ ਲਾਉਂਦੇ ਹਾਂ। ਉਹ ਦੇਖੋ ਅੱਗੇ LED-ਆਂ ਲਾਤੀਆਂ ਮੈਂ, ਇੱਕ ਸਾਈਡ ਬਲਿਊ ਇੱਕ ਸਾਈਡ ਰੈੱਡ, ਅੱਗੇ ਮੈਂ ਲਾਤੀਆਂ 6 ਲਾਤੀਆਂ, ਮਤਲਬ 6 ਰੈੱਡ 6 ਬਲਿਊ 12 ਹੋ ਗਈਆਂ, ਅਤੇ ਅੱਗੇ 12 ਲਾਤੀਆਂ, ਅਤੇ ਹੁਣ ਇੱਥੇ ਲਾਉਣ ਲੱਗਦੇ ਹਾਂ। ਮੇਨ ਚੀਜ਼ ਇੱਥੇ ਲਾਉਣੀਆਂ ਸੀਗੀਆਂ, ਇੱਥੇ ਮੇਨ ਨੇਗੀਆਂ ਇਹ ਸਾਰੇ, ਮਤਲਬ ਪਿੱਛੇ ਤੱਕ ਲਾਉਣੀਆਂ ਨੇ, ਅਤੇ ਇੱਕ ਰਿਲੇ ਵੀ ਲਿਆਂਦੀ ਸੀਗੀ ਅਸੀਂ, ਉਹਦੀ ਵੀ ਤੁਹਾਨੂੰ ਵਾਇਰਿੰਗ ਦੱਸਾਂਗੇ, ਸਾਰਾ ਕੁਝ ਦੱਸਾਂਗੇ। ਚਲੋ ਫਿਰ ਹੁਣ ਅੱਗੇ ਵੱਧਦੇ ਹਾਂ, ਅਸੀਂ ਚੇਪੀਆਂ ਜੀ ਲਾ ਲਈਏ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਤਾਂ ਸਾਰੇ ਟਰੈਕਟਰ ਦੇ ਥੱਲੇ ਲਾਈਟਾਂ ਲੱਗ ਚੁੱਕੀਆਂ ਨੇ, ਤੁਸੀਂ ਦੇਖ ਸਕਦੇ ਹੋਗੇ, ਅਤੇ ਅਸੀਂ ਹੁਣ ਕਾਹਲੀ ਕਾਹਲੀ ਚਲਾਈਆਂ ਨੇ, ਸਾਡੇ ਕੋਲ ਟਾਈਮ ਘੱਟ ਸੀਗਾ, ਹਨੇਰਾ ਹੋ ਗਿਆ। ਦੇਖ ਲਓ ਇੱਥੋਂ ਵਾਇਰਿੰਗ ਕਰਤੀ ਆ, ਦੇਖ ਲਓ ਤੁਸੀਂ ਉੱਪਰ ਆਹ ਔਰ ਅਸੀਂ ਰਿਲੇ ਲਾਤੀ। ਇਹ ਰਿਲੇ ਦੀ ਵਾਇਰਿੰਗ ਹੁੰਦੀ ਆ 2 ਪੀਲੀਆਂ ਤਾਰਾਂ ਹੁੰਦੀਆਂ ਜਿਹੜੀਆਂ, ਉਹ ਦੋਨੇ ਆਪਣੇ ਲਾਈਟਾਂ ਜਾਣਗੀਆਂ, ਅਤੇ ਜਿਹੜੀ ਲਾਲ ਅਤੇ ਕਾਲੀ ਤਾਰ ਆ ਉਹ ਤੁਹਾਨੂੰ ਪਤਾ ਹੀ ਆ ਵੀ ਕਰੰਟ 'ਚ ਜਾਊਗੀ, ਅਤੇ ਉਹਨੂੰ ਅਸੀਂ ਉਰੇ ਸੁੱਚ ਲਾਤੀ ਆਹ। ਇੱਥੋਂ ਆਪਾਂ ਚਲਾਇਆ, ਦੇਖੋ ਤੁਸੀਂ ਨੀਚੇ ਰੈੱਡ ਬਲਿਊ ਰੈੱਡ ਬਲਿਊ, ਇਹ ਤੁਹਾਨੂੰ ਦੂਰੋਂ ਦਿਖਾਉਣਾ ਗਾ, ਬਾਹਲਾ ਸੋਹਣਾ ਲਾਲ ਟਰੈਕਟਰ ਆਪਣੀ, ਦੇਖੋ ਤੁਸੀਂ ਸਿਰਾ ਹੋ ਗਿਆ ਨਾ ਰੈੱਡ ਬਲਿਊ, ਅਤੇ ਉਹ ਮੋਡ ਚੇਂਜ ਕਰੀ ਤੇਜ਼ ਕਰੀ ਥੋੜ੍ਹੇ, ਇਹ ਤੇਜ਼ ਵੀ ਹੋ ਜਾਂਦਾ ਇੱਥੋਂ, ਅਤੇ ਬਾਕੀ ਹੁੱਡ 'ਚ ਵੀ ਕਰ ਦਾਂਗੇ, ਹੁੱਡ 'ਚ ਉਹ ਰੈੱਡ ਬਲਿਊ ਲਾ ਕੇ ਲਾ ਉੱਥੇ ਯੂ 'ਤੇ, ਹੈ ਨਾ ਸੋਹਣੀ ਲੱਗੂਗੀ। ਅਤੇ ਬਾਕੀ ਦੇਖ ਸਕਦੇ ਤੁਸੀਂ ਸਿਰਾ ਹੋ ਗਿਆ, ਬਹੁਤ ਸੋਹਣਾ ਲੱਗਦਾ ਗਾ, ਤੁਸੀਂ ਵਾਈਡ ਐਂਗਲ 'ਚ ਦੇਖ ਲਓ ਬਹੁਤ ਸੋਹਣੀ ਲੱਗਦੀ ਆ। ਅਤੇ ਇਹਦੇ ਨਾ ਟਰੈਕਟਰ ਦੇ 18 ਇੰਚੀ 2 ਸੱਬ ਲੱਗੇ ਹੋਏ ਆਗੇ, ਅਤੇ ਲੱਗਦੇ ਹਾਂ ਬਾਈ ਬੇ ਛੱਡ ਦੇ ਪੂਰੀ NCS ਦਾ ਮਿਊਜ਼ਿਕ ਲਾ ਦੀ, ਅਤੇ ਇਹਦੇ 'ਤੇ ਉਹ ਕਰ ਲਈ ਕਨੈਕਟ ਕਰ ਲਾ, ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ। ਆਵਾਜ਼ ਛੱਡ ਦੇ ਪੂਰੀ, ਕੋਈ ਨਾ ਛੱਡ ਦੇ NCS ਲਾਈ, NCS ਯੂਟਿਊਬ 'ਤੇ ਸਰਚ ਕਰ ਲਾ, ਦੱਬਦੇ ਆ ਥੱਲੇ ਕਾ ਐਡ ਆ ਗਈ ਆ, ਲਾਈਟਾਂ ਲੂਟਾਂ ਪਾਰਕਿੰਗ ਪੂਰਕਿੰਗ ਚਲਾ ਦੇ ਸਾਰਾ ਕੁਛ, ਆਵਾਜ਼ ਕਰ ਦੇ ਗਾਹਾਂ ਕੱਢ ਦੇ ਪੂਰਾ, ਆਵਾਜ਼ ਗਾਹਾਂ ਕੱਢ ਦੇ। ਇੱਥੋਂ ਨਾ ਇਹਦੇ ਸਾਰੇ ਮੋਡ ਵਗੈਰਾ ਚੇਂਜ ਹੋ ਜਾਂਦੇ ਆ, ਇੱਥੋਂ ਹੀ ਸਲੋਅ ਹੋ ਜਾਂਦੀ ਆ, ਇੱਥੋਂ ਥੋੜ੍ਹੀ ਹੋਰ ਤੇਜ਼ ਹੋ ਜਾਂਦੀ ਆ, ਇੱਦਾਂ ਇੱਥੋਂ ਹੋਰ ਚੇਂਜ ਹੋ ਜਾਂਦੀ, ਇੱਥੋਂ ਦੋਨੇ ਇਕੱਠੇ ਬਲਿੰਕ ਕਰਨ ਲੱਗ ਜਾਂਦੇ ਨੇ, ਇੱਥੇ ਜਮਾਂ ਹੀ ਸਲੋਅ, ਇੱਥੇ ਥੋੜ੍ਹਾ ਜਿਹਾ ਹੋਰ ਬਲਿੰਕਿੰਗ, ਅਤੇ ਇੱਥੇ ਜੇ ਆਪਾਂ ਫਾਸਟ ਕਰ ਦਈਏ, ਦੇਖੋ ਤੁਸੀਂ ਜੇ ਦੁਕਾਨ ਵਾਲੇ 'ਚ ਫਾਸਟ ਕਰ ਦਈਏ, ਇੱਥੇ ਫਾਸਟ ਹੋ ਜੂ, ਇਹਦੇ 'ਚ ਵੀ ਫਾਸਟ ਹੋ ਜੂ, ਹਾਂਜੀ ਬਹੁਤ ਸਾਰੇ 8 ਵੇਜ ਨੇ ਇਹਦੇ 'ਚ, ਇਹਦੇ 'ਚ ਲਿਖਿਆ ਹੀ ਹੋਇਆ। ਇਹ ਕਿੰਨੇ ਦੀ ਦਿੱਤੀ ਸੀ ਰਿਲੇ? 150 ਦੀ ਸੀ। 150 ਦੀ ਸੀਗੀ, ਕੀ ਕਹਿ ਕੇ ਲਿਆਉਂਦੀ ਸੀਗੀ?
ਵੀ ਹਾਰਨ ਚੇਂਜ ਕਰਨ ਲਈ ਵੀ ਹਾਰਨ ਟਿਊਨ ਕਰਨ ਵਾਲੀ ਹੈ ਨਾ ਇਹ ਹਾਰਨ ਇਹ ਹਾਰਨ ਵਾਲੀ ਲੱਗਦੀ ਹੈਗੀ ਰਿਲੇ ਅਤੇ ਤੁਸੀਂ ਕਿਸੇ ਵੀ ਦੁਕਾਨ ਤੋਂ ਹਾਰਨ ਵਾਲੀ ਰਿਲੇ ਕਹਿ ਕੇ ਲੈ ਸਕਦੇ ਹੋਗੇ ਅਤੇ ਆਹ ਲਾਈਟਾਂ ਲਈ ਤਾਂ ਆਪਾਂ ਲਾਈ ਜਾਂਦੇ ਹਾਂ ਕਿ ਜਾਣੀ ਕਿ ਲਾਈਟਾਂ ਨੂੰ ਵਧੀਆ ਚੱਲ ਪੈਂਦੀ ਹੈਗੀ ਇਹ ਬਾਕੀ ਤੁਸੀਂ ਚਾਨਣ ਦੇਖ ਸਕਦੇ ਹੋ ਪਤਾਸਿਆਂ ਦਾ ਕਿੰਨਾ ਗਾ ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੇ ਪਤਾਸੇ ਲੱਗੇ ਕਿਉਂਕਿ ਅਸੀਂ ਗਿਣੇ ਹੀ ਨਹੀਂਗੇ ਪਤਾ ਨਹੀਂ ਕਿੰਨੇ ਕਿਲਾਤੇ ਅਤੇ ਹਜੇ ਤਾਂ ਇਹ ਮਗਰਾਟਾਂ ਦੇ ਲਾਉਣੇ ਰਹਿ ਗਏ ਹੈਗੇ ਉਹ ਕੱਲ੍ਹ ਨੂੰ ਜਾਂ ਪਰਸੋਂ ਤੱਕ ਕਰਾਂਗੇ ਅਤੇ ਬਾਕੀ ਹੈ ਨਾ ਤੁਸੀਂ ਦੇਖ ਸਕਦੇ ਹਾਂਗੇ ਅੰਦਰ ਅਸੀਂ ਕੂਲਰ ਲਾ ਲਿਆ ਸੀਗਾ ਸਾਡੇ ਮੱਛਰ ਲੜਦਾ ਸੀ ਤਾਂ ਕਰਕੇ ਅਤੇ ਇੱਕ ਵਾਰ ਸਟਾਰਟ ਕਰਕੇ ਦਿਖਾਈ ਆਹ ਸਲਾਂਸਰ ਦੂਜਾ ਲੱਗਿਆ ਹੋਇਆ ਹੈਗਾ ਕਿਉਂ ਬਈ ਰੇਸ ਬਣਦੀ ਹੈ ਨਾ ਗੱਲ ਇਹ ਮਤਲਬ ਆ ਜਨਰੇਟਰ ਦੀ ਤੁਹਾਨੂੰ ਪਤਾ ਹੀ ਆਵਾਜ਼ ਬਾਹਲੀ ਜ਼ਿਆਦਾ ਹੁੰਦੀ ਆ ਟਰਬੋ ਲੱਗੀ ਹੋਈ ਆ ਇਹਦੇ ਨਹੀਂ ਟਰਬੋ ਕਢਾਈ ਹੋਈ ਆ ਟਰਬੋ ਕਢਾਈ ਹੋਈ ਆ ਅਤੇ ਬਾਕੀ ਚਲੋ ਫਿਰ ਹੁਣ ਆਪਾਂ ਆਪਣਾ ਟਰੈਕਟਰ ਉਹ ਖੜਾ ਗਾ ਉਹਨੂੰ ਵੀ ਘਰੇ ਲੈ ਕੇ ਚੱਲਦੇ ਹਾਂ ਅੰਦਰ ਲਾਉਂਦੇ ਹਾਂ ਚੱਲ ਕੇ ਅਤੇ ਆਪਣਾ ਕੰਮ ਡਨ ਹੋ ਗਿਆ ਜਿੰਨਾ ਵੀ ਸੀਗਾ ਅਤੇ ਇੱਕ ਵਾਰ ਤੁਹਾਨੂੰ ਮੈਂ ਥੱਲੇ ਨਿਗਾਹ ਮਰਾ ਦਾਂ ਪੂਰੇ ਵੀ ਦਿਖਾਈ ਦਿੰਦਾ ਗਾ ਰੈਡ ਬਲੂ ਹੋ ਗਿਆ ਇੱਥੇ ਵੀ ਰੈਡ ਬਲੂ ਆ ਆਹ ਵੀ ਬਲਿੰਕ ਕਰਦੇ ਆ ਦੇਖੋ ਤੁਸੀਂ ਦੋਨੇ ਟਰੈਕਟਰ ਇਕੱਠੇ ਖੜੇ ਆ ਹੈ ਬਲਿੰਕ ਕਰਨ ਲਾ ਦਾਂਗੇ ਫਿਰ ਉਹ ਸੋਹਣੇ ਲੱਗਣਗੇ ਦੇਖ ਸਕਦੇ ਹੋ ਤੁਸੀਂ ਆਪਣੇ ਤੇ ਯੈਲੋ ਨਹੀਂ ਚੱਲਦੀ ਹੈਗੀ ਯੈਲੋ ਦੀ ਸੁੱਚ ਖਰਾਬ ਹੋ ਗਈ ਯਾਰ ਉਹ ਮੈਂ ਮੁੜ ਕੇ ਲਾਈ ਨਹੀਂ ਸੈੱਟ ਵੀ ਨਹੀਂ ਕਰੀ ਤੇ ਜਿੱਦਣ ਟਾਈਮ ਲੱਗਿਆ ਤਾਂ ਉਹ ਸੈੱਟ ਕਰਾਂਗੇ ਬਾਕੀ ਤੁਸੀਂ ਚੈੱਕ ਕਰ ਸਕਦੇ ਹਾਂਗੇ ਤੇ ਇੱਕ ਦੋ ਗਰੀਲਾ ਬਣਾ ਲਈਏ ਛੱਡਦੇ ਬੇਸ ਬੇਸ ਛੱਡਦੇ ਬੇਸ ਮੰਗਾਈ ਚੱਲੇ ਸੀ ਘਰ ਨੂੰ ਹਜੇ ਤਾਂ ਮੋਟਰਸਾਈਕਲ ਵੀ ਮੇਰੇ ਖੜਾ ਇਹਨੂੰ ਵੀ ਖੜਾ ਕੇ ਆਉਣਾ ਉੱਧਰ ਪਹਿਲਾਂ ਨਾ ਮੈਂ ਟਰੈਕਟਰ ਬਾਹਰ ਲਾ ਕੇ ਬੰਦ ਕਰ ਦਿੰਦਾ ਗਾ ਮੋਟਰਸਾਈਕਲ ਖੜਾ ਕੇ ਆਉਣਾ ਮੈਂ ਟਰੈਕਟਰ ਘਰੇ ਤਾਂ ਲਿਆਇਆ ਜੀ ਚਾਚਾ ਸਕੂਟਰੀ ਪਰੇ ਕਰਦੇ ਯਾਰ ਮੈਂ ਟਰੈਕਟਰ ਅੰਦਰ ਲਾਦਾ ਚਾਚਾ ਸਕੂਟਰੀ ਨਹੀਂ ਪਰੇ ਕਰਦਾ ਕਹਿੰਦਾ ਮੇਰੀ ਸਕੂਟਰੀ ਖੜੂ ਤੇਰਾ ਟਰੈਕਟਰ ਨਹੀਂ ਖੜਨਾ ਐਂ ਚਾਚਾ ਸਕੂਟਰੀ ਖੜੂ ਟਰੈਕਟਰ ਨਹੀਂ ਖੜਨਾ ਅੰਦਰ ਅੱਛਾ ਫਿਰ ਕਰੀ ਪਰੇ ਮਾੜਾ ਟਰੈਕਟਰ ਅੰਦਰ ਕਰਨਾ ਚਲੋ ਜੀ ਪਰੇ ਕਰਦੀ ਹੈ ਤਾਂ ਫਿਰ ਟਰੈਕਟਰ ਅੰਦਰ ਕਰਦੀ ਆਪਾਂ ਲਓ ਜੀ ਕਰਤੀ ਸੀ ਚਾਚੇ ਨੇ ਸਕੂਟਰੀ ਪਰੇ ਟਰੈਕਟਰ ਅੰਦਰ ਹੋ ਗਿਆ ਸਾਰੀਆਂ ਲਾਈਟਾਂ ਲੁੱਟਾਂ ਬੰਦ ਕਰ ਦਈਏ ਅਤੇ ਇਹਦੀ ਸੋਚਾ ਕਿ ਜਿਹੜੀ ਪੀਲੀਆਂ ਲਾਈਟਾਂ ਦੀ ਉਹ ਨਵੀਂ ਲੈ ਕੇ ਪੈ ਆਹ ਜਿਹੜਾ ਸਾਰਾ ਬੋਰਡ ਹੈ ਨਾ ਇਹ ਸਾਰਾ ਬੋਰਡ ਹੀ ਨਵਾਂ ਪਊਗਾ ਆਹ ਸੁੱਚ ਫਰੀ ਹੋ ਗਈ ਦੇਖੋ ਹੱਲ ਕਿੱਥੇ ਐਂ ਟੱਕ ਟੱਕ ਨਹੀਂ ਕਰਦੀ ਹੈਗੀ ਐਂ ਫਰੀ ਹੋ ਗਈ ਇਹ ਨਵਾਂ ਲਿਆ ਕੇ ਪਊਗਾ ਇਹ 100 ਦਾ ਬੋਰਡ ਹੈਗਾ ਇਹ ਸਾਰੇ ਹੀ ਅਤੇ ਬਾਕੀ ਇਹਨੂੰ ਕਰਦੇ ਹਾਂ ਇਹਦਾ ਕੁਛ ਜ਼ਿਆਦਾ ਤਾਰਾਂ ਤੂਰਾਂ ਵੱਢਣ ਦੀ ਲੋੜ ਨਹੀਂ ਇਹਦਾ ਥਿੰਬਲਾਂ ਲੱਗਦੀਆਂ ਨੇਗੀਆਂ ਨਵਾਂ ਲਿਆ ਕੇ ਪਾ ਦੇ ਕੁਝ ਜ਼ਿਆਦਾ ਵੱਡਾ ਕੰਮ ਹੀ ਹੈ ਨਹੀਂ ਅਤੇ ਆਹ ਵੀ ਬੰਦ ਕਰ ਦਈਏ ਐਂ ਹੋਣਾ ਚਾਹੀਦਾ ਗਾ ਥਿੰਬਲਾਂ ਵਾਲਾ ਜਗਾੜ ਵਧੀਆ ਗਾ ਅਤੇ ਚਲੋ ਹੁਣ ਚਾਬੀਆਂ ਵਗੈਰਾ ਰੱਖ ਦਈਏ ਸਾਰੀਆਂ ਅਤੇ ਇਹ ਨਹੀਂ ਹਟਦਾ ਇਧਰਲਾ ਜਿਹੜਾ ਖੜ ਗਿਆ ਨਾ ਇਹ ਪਤਾ ਕੀ ਹੋਇਆ ਦੇਖ ਲਓ ਸ਼ੋਕ ਵਾਲੀ ਕਰਦੇ ਆ ਨਾ ਥੋੜ੍ਹੀ ਜਿਹੀ ਆਪਾਂ ਨੂੰ ਲੰਬੇ ਕਰਾਉਣੇ ਪੈਣਗੇ ਇੱਧਰ ਨੂੰ ਪਰਾਂ ਨੂੰ ਕਰਾ ਕੇ ਥੋੜ੍ਹੇ ਲੰਬੇ ਕਰਾਉਣੇ ਪੈਣਗੇ ਉਹ ਵੀ ਚਲੋ ਕਰਾ ਕੇ ਲਿਆਵਾਂਗੇ ਅਤੇ ਸਾਰੀਆਂ ਚੀਜ਼ਾਂ ਯਾਰ ਕਰਕੇ ਹੀ ਪਤਾ ਲੱਗਦੀਆਂ ਹੁੰਦੀਆਂ ਨੇਗੀਆਂ ਆਹ ਕਰ ਲਿਆ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਲਾਈਦਾ ਸਲੰਸਰ ਅਤੇ ਹੁਣ ਸਾਈਡ 'ਤੇ ਨੂੰ ਕਰਕੇ ਜਾਂ ਥੋੜ੍ਹੇ ਉੱਚੇ ਕਰਕੇ ਲਾ ਦਾਂਗੇ ਇਹਨਾਂ ਨੂੰ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਗੰਦਾ ਹੋਇਆ ਪਿਆ ਫੋਰਡ ਵੀ ਨਾਲ ਹੀ ਖੜਾ ਅੱਜ ਦੋਨੇ ਇਕੱਠੀ ਖੜ ਗਏ ਅਤੇ ਇਹਦਾ ਨਾ ਇੱਕ ਨਟ ਨਹੀਂ ਕਸਿਆ ਜਾਂਦਾ ਹੈਗਾ ਦੇਖੋ ਤੁਸੀਂ ਆਹ ਨਟ ਹੈਗਾ ਇੱਕ ਇਹ ਫਰੀ ਹੋ ਗਿਆ ਸੀਗਾ ਇਹ ਨਟ ਹੁਣ ਨਵਾਂ ਪਊਗਾ ਫਿਰ ਉਸ ਤੋਂ ਬਾਅਦ ਇਹ 'ਤੇ ਟੋਪੀ ਵੀ ਨਵੀਂ ਪਊ ਅਤੇ ਚਲੋ ਫਿਰ ਹੁਣ ਆਪਾਂ ਅੰਦਰ ਚੱਲਦੇ ਹਾਂ ਖਾਣ ਆਪਦਾ ਰੋਟੀ ਪਾਣੀ ਖਾਂਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ।